ਨਸ਼ੇ ਦੀ ਪੂਰਤੀ ਲਈ ਇੱਕ ਦੇ ਬਾਅਦ ਇੱਕ ਲੁੱਟ ਖੋਦੀਆਂ ਤਾਬੜਤੋੜ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਬਣਾ ਚੁੱਕਾ ਰਵੀ ਗੈਂਗ ਆਖਿਰਕਾਰ ਪੁਲਿਸ ਦੇ ਹੱਥੇ ਚੜ ਹੀ ਗਿਆ। ਪੁਲਿਸ ਨੇ ਗੈਂਗ ਦੇ ਸਰਗਣੇ ਸਮੇਤ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ ਰਾਹਗੀਰਾਂ ਤੋਂ ਲੁੱਟੇ ਗਏ 9 ਮੋਬਾਈਲ ਫੋਨ ਅਤੇ ਵਾਰਦਾਤਾਂ ਵਿੱਚ ਵਰਤੀ ਗਿਆ ਇੱਕ ਮੋਟਰਸਾਈਕਲ ਤੇ ਸਕੂਟਰੀ ਜ਼ਬਤ ਕੀਤੀ ਹੈ। ਇਸ ਗੈਂਗ ਨੇ ਲੁੱਟ ਖੋਹ ਦੀਆਂ 1 ਦਰਜਨ ਦੇ ਕਰੀਬ ਵਾਰਦਾਤਾਂ ਵਿੱਚ ਆਪਣੀ ਸਰਗਰਮੀ ਕਬੂਲੀ ਹੈ। ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ADCP ਰਾਜਵੀਰ ਸਿੰਘ ਬੋਪਾਰਾਏ ਨੇ ਆਖਿਆ ਕਿ ਫੜੇ ਗਏ ਬਦਮਾਸ਼ਾਂ ਦੀ ਪਛਾਣ ਗੈਂਗ ਲੀਡਰ ਰਵੀ ਕੁਮਾਰ, ਮਨਦੀਪ ਸਿੰਘ ਉਰਫ ਮੋਨੂ, ਹਰਪ੍ਰੀਤ ਸਿੰਘ ਉਰਫ ਲੱਕੀ ਅਤੇ ਵਿਨੋਦ ਕੁਮਾਰ ਉਰਫ ਟੀਟੂ ਦੇ ਤੌਰ ਵਜੋਂ ਹੋਈ ਹੈ। ਫੜੇ ਗਏ ਬਦਮਾਸ਼ 20 ਤੋਂ 25 ਸਾਲ ਦੇ ਨੇ, ਜੋ ਕਿ ਨਸ਼ੇ ਦੇ ਆਦਿ ਨੇ, ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਮਾੜੇ ਅੰਸਾਂ ਦੇ ਖਿਲਾਫ ਕਾਫੀ ਸਖਤੀ ਨਾਲ ਉਹਨਾਂ ਦੀ ਭਾਲ ਹੋ ਰਹੀ ਹੈ। ਫ੍ਰੀ 'ਚ ਇਹ ਮੁਖਰ ਖਾਸ ਦੀ ਇਤਲਾਹ ਦੇ ਕਿ 4 ਨੌਜਵਾਨ ਜਿਹੜੇ ਕਿ ਮੋਬਾਈਲ ਫੋਨ ਦਾ ਝਪਟ ਮਾਰ ਕੇ ਉਹਦੇ ਘੁੰਮ ਰਹੇ ਨੇ, ਜਿਹੜਾ ਗੋਪਾਲ ਨਗਰ ਚੌਂਕ ਨਾਕਾ ਲਾਇਆ ਗਿਆ, ਜਿੱਥੇ 4 ਨੌਜਵਾਨਾਂ ਨੂੰ ਰੋਕ ਕੇ ਜਦੋਂ ਉਹਨਾਂ ਤਲਾਸ਼ੀ ਲਈ ਕੋਸ਼ਿਸ਼ ਕੀਤੀ ਅਤੇ ਉਹਦਾ ਕੋਈ ਤਸੱਲੀਵਰ ਜਵਾਬ ਨਹੀਂ ਦੇ ਸਕੇ, ਜਿਹੜੇ ਕਿ ਉਹਨਾਂ ਤੋਂ ਮੋਬਾਈਲ ਮਿਲੇ ਸੀ। 9 ਮੋਬਾਈਲ ਬਰਾਮਦ ਕੀਤੇ ਨੇ ਜੀ, 9 ਵਾਰਦਾਤਾਂ ਕਲੀਅਰ ਹੋਈਆਂ ਅਤੇ 4 ਨੌਜਵਾਨ ਬਰਾਮਦ।